ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਕਲਾਕਾਰ ਲੜਕੀ ਦੀ ਕਲਾਕਾਰੀ ਨੂੰ ਖਾ ਗਈ ਨਸ਼ੇ ਦੀ ਆਦਤ, ਵੱਖ ਹੋਏ ਘਰ ਵਾਲੇ, ਹੋਈ ਬਰਬਾਦ ਜ਼ਿੰਦਗੀ ਤੇ ਹੁਣ ਆਪਣਾ ਹੀ ਜਿਸਮ ਵੇਚਣ ਨੂੰ ਮਜਬੂਰ ਇੱਕ ਕਲਾਕਾਰ ਲੜਕੀ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕੋਨ ਵੀ ਦਬਾ ਲਓ। ਨਸ਼ਾ ਜ਼ਿੰਦਗੀ ਨੂੰ ਕਿਸ ਢੰਗ ਦੇ ਨਾਲ ਬਰਬਾਦ ਕਰ ਦਿੰਦਾ ਹੈ, ਇਹਦੀ ਮਿਸਾਲ ਬਟਾਲਾ ਦੇ ਵਿੱਚ ਮਿਲੀ, ਜਿੱਥੇ ਇੱਕ ਲੜਕੀ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਜਦੋਂ ਉਹ ਸਟੇਜ ਦੇ ਉੱਤੇ ਜਾਂਦੀ ਸੀ ਤਾਂ ਤਾੜੀਆਂ ਤੇ ਰੁਪਏ ਮੀਂਹ ਵਾਂਗੂ ਉਸ ਉੱਤੇ ਵਰਦੇ ਸਨ। ਪਰ ਅੱਜ ਆਲਮ ਇਹ ਹੈ ਕਿ ਇਹ ਲੜਕੀ ਦੇਹ ਪਾਰ ਕਰਕੇ ਆਪਣਾ ਪੇਟ ਪਾਲ ਰਹੀ ਹੈ ਤੇ ਨਸ਼ੇ ਨੇ ਉਹਦੇ ਸਰੀਰ ਨੂੰ ਇੰਨਾ ਖਰਾਬ ਕਰ ਦਿੱਤਾ ਹੈ ਕਿ ਲੋਕੀ ਉਸ ਨੂੰ ਦੇਖਣਾ ਵੀ ਅੱਜ ਪਸੰਦ ਨਹੀਂ ਕਰਦੇ। ਉਸਦਾ ਕਹਿਣਾ ਹੈ ਕਿ ਸਟੇਜ ਤੇ ਡਾਂਸ ਕਰਨ ਦੇ ਨਾਲ ਨਾਲ ਉਹ ਗਾਣਾ ਵੀ ਗਾਉਂਦੀ ਸੀ, ਪਰ ਅੱਜ ਉਸਦੀ ਹਾਲਤ ਇਹ ਹੋ ਚੁੱਕੀ ਹੈ ਕਿ ਉਹ ਪਰਮਾਤਮਾ ਕੋਲੋਂ ਆਪਣੇ ਲਈ ਮੌਤ ਮੰਗ ਰਹੀ ਹੈ ਤੇ ਨਾਲ ਹੀ ਉਹ ਦੂਸਰੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਵੀ ਕਹਿ ਰਹੀ ਹੈ। ਆਓ ਦੇਖਨੇ ਆ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਇਹ ਵਿਸ਼ੇਸ਼ ਰਿਪੋਰਟ। ਉਹਨਾਂ ਨੇ ਇੱਕ ਬ੍ਰਦਰ ਨੇ, ਮੰਮੀ ਪਾਪਾ ਐਕਸਪਾਇਰ ਹੋ ਚੁੱਕੇ ਨੇ, ਉਹ ਆਪਣੇ ਆਪਣੇ ਘਰ ਨੇ, ਉਹ ਕਦੇ ਮਿਲੇ ਵਰਤੇ ਨਹੀਂ ਹੈਗੇ। ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਨਸ਼ੇ 'ਚ ਪੈ ਗਈ ਹੋਈ ਹਾਂ। ਮੈਂ ਡਾਂਸ ਦਾ ਅਤੇ ਸਿੰਗਿੰਗ ਦਾ ਕੰਮ ਕਰਦੀ ਸੀ, ਬਹੁਤ ਜ਼ਿਆਦਾ ਹੀ ਮਤਲਬ ਕਿ ਮੇਰੇ ਬੋਰਡ ਲੱਗੇ ਹੁੰਦੇ ਸੀ ਬਟਾਲੇ ਕਿਸੇ ਟਾਈਮ 'ਤੇ, ਅਤੇ ਇੰਨੀ ਸਿੰਗਿੰਗ ਦਾ ਕੰਮ ਸੀ ਮੇਰਾ, ਇੰਨੀ ਮਾਰਕੀਟ ਸੀ ਡਾਂਸ ਦੀ, ਕੁਛ ਕਹਿ ਨਹੀਂ ਸੀ ਸਕਦੇ। ਪੈਸੇ ਦਿਨ ਦੇ ਮੇਰੇ 10,000 ਰੁਪਇਆ ਕਮਾ ਲੈਂਦੀ ਹੁੰਦੀ ਸੀ ਡਾਂਸ ਦਾ ਅਤੇ ਜਾਗਰਣ ਦੇ ਕੰਮ ਤੋਂ। ਹਾਂਜੀ, ਉਹ ਸਾਰੇ ਨਸ਼ੇ 'ਚ ਹੀ ਉਜਾੜਤੇ ਮੈਂ। ਨਸ਼ੇ 'ਚ ਮੈਂ ਡਾਂਸ ਲਾਈਨ 'ਚ ਮੇਰੀ ਇੱਕ ਬਹੁਤ ਕਲੋਜ਼ ਫਰੈਂਡ ਸੀ, ਜਿਹਨੇ ਇੱਕ ਦਿਨ ਮਤਲਬ ਇਸ ਤਰ੍ਹਾਂ ਹੀ ਲੋਕਲ ਮੇਰਾ ਸ਼ੋਅ ਸੀ, ਮੇਰੇ ਕੋਲ ਸਕੂਟਰੀ ਹੁੰਦੀ ਸੀ, ਮੈਨੂੰ ਕਹਿੰਦੀ ਆ ਥੋੜ੍ਹਾ ਜਿਹਾ ਚੱਲੀਏ ਘਰ, ਮੈਨੂੰ ਕੀ ਪਤਾ ਸੀ ਉਹ ਨਸ਼ਾ ਲਗਾਉਣ ਜਾ ਰਹੀ ਆ। ਉਹਨੇ ਉਹ ਲਗਾਉਂਦੀ ਸੀ ਵੀ, ਅਤੇ ਮੈਨੂੰ ਕਹਿੰਦੀ ਥੋੜ੍ਹਾ ਜਿਹਾ ਲਗਾ ਕੇ ਦੇਖ, ਮੈਨੂੰ ਲਗਾਉਣਾ ਨਹੀਂ ਆਉਂਦਾ। ਉਹਨੇ ਲਗਾ ਤਾ, ਜੋ ਉਹਨੇ ਲਗਾਇਆ ਉਹ ਇਸ ਤਰ੍ਹਾਂ ਦਾ ਲਗਾਇਆ ਕਿ ਉਹ ਮੈਨੂੰ ਪੱਕਾ ਹੀ ਲੱਗ ਗਿਆ। ਨਸ਼ਾ ਕੋਈ ਨਹੀਂ ਇਸ ਤਰ੍ਹਾਂ ਦਾ ਜਿਹੜਾ ਮੈਂ ਨਹੀਂ ਕੀਤਾ ਹੋਏਗਾ। ਜਿਸ ਤਰ੍ਹਾਂ ਡਰਿੰਕ ਲਗਾ ਲਓ, ਕੈਪਸੂਲ ਲਗਾ ਲਓ, ਭੰਗ ਲਗਾ ਲਓ ਜਾਂ ਚਿੱਟਾ ਲਗਾ ਲਓ, ਹਾਂਜੀ ਇੰਜੈਕਸ਼ਨ। ਹਾਂਜੀ, ਔਰਤ ਹੋ ਕੇ ਅਜਿਹਾ ਕਿਉਂ? ਇਸ ਕਰਕੇ ਜੇ ਇੱਕ ਵਜ੍ਹਾ ਇਹ ਵੀ ਹੈ ਕਿ ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡਤਾ ਔਖੇ ਟਾਈਮ 'ਤੇ, ਕਿਉਂਕਿ ਕਿਸੇ ਟਾਈਮ 'ਤੇ ਮੇਰੇ 'ਤੇ ਇਸ ਤਰ੍ਹਾਂ ਮਤਲਬ ਪੁਲਿਸ ਵਾਲਿਆਂ ਨੇ ਦਰਖਾਸਤ ਫੜ ਲਿਆ ਸੀ ਮੈਨੂੰ ਇਸ ਤਰ੍ਹਾਂ ਨਸ਼ੇ ਦੇ ਕੇਸ 'ਚ, ਅਤੇ ਉੱਥੇ ਫੋਨ ਉਹਨਾਂ ਨੇ ਕੀਤਾ ਮੇਰੀਆਂ ਸਿਸਟਰਾਂ ਨੂੰ, ਅਤੇ ਮੇਰੀਆਂ ਸਿਸਟਰਾਂ ਕਹਿੰਦੀਆਂ ਸਾਡੀ ਤਾਂ ਕੋਈ ਭੈਣ ਹੀ ਨਹੀਂ ਆ, ਮਰ ਗਈ ਸਾਡੇ ਵਾਸਤੇ। ਅਤੇ ਫਿਰ ਮੈਂ ਵੀ ਆਪਣੀਆਂ ਭੈਣਾਂ ਦਾ ਸਾਥ ਛੱਡਤਾ, ਵੀ ਜਿੰਨਾ ਚਿਕਰ ਮੈਂ ਪੈਸਾ ਦਿੰਦੀ ਸੀ, ਕਮਾਈ ਦਿੰਦੀ ਸੀ, ਉਨਾ ਚਿਕਰ ਮੈਂ ਉਹਨਾਂ ਦੀ ਭੈਣ ਸੀ। ਜਦੋਂ ਮੇਰੇ 'ਤੇ ਮੁਸੀਬਤ ਪਈ, ਵਿਆਹ ਮੇਰੀ ਹੋਇਆ ਸੀ ਛੋਟੀ ਏਜ 'ਚ ਮੇਰੇ ਪਾਪਾ ਨੇ ਕਰਤਾ ਸੀ, 13 ਸਾਲ ਦੀ ਸੀ, ਅਤੇ 17 ਸਾਲ ਦੀ ਉਮਰ 'ਚ ਮੇਰਾ ਡਿਵੋਰਸ ਵੀ ਹੋ ਗਿਆ ਸੀ, ਜੋ ਡਾਂਸ ਲਾਈਨ 'ਚ ਡੈਡੀ ਦੀ ਡੈਥ ਤੋਂ ਬਾਅਦ ਪੈ ਗਈ ਸੀ, ਕਿਉਂਕਿ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਪੈ ਗਈ ਸੀ, ਵੱਡੀ ਮੈਂ ਸੀ, ਭੈਣਾਂ ਦੇ ਵਿਆਹ ਕਰਨੇ ਸੀ। 2 ਸਾਲ ਹੋ ਗਏ ਮੈਨੂੰ ਦੇਹ ਪਾਲ 'ਚ, ਪੈਸੇ ਕੋਈ ਹੁਣ ਤਾਂ ਜ਼ਿਆਦਾ ਮਿਲਦੇ ਨਹੀਂ ਹੈਗੇ, ਕਿਉਂਕਿ ਸਰੀਰ ਮੂੰਹ ਦੇਖ ਕੇ ਤਾਂ ਕੋਈ ਮਿਲ ਲਏਗਾ, ਪਰ ਜਦੋਂ ਦੇਖਦੇ ਆ ਲੱਤਾਂ 'ਤੇ ਇੰਨੇ ਜ਼ਖਮ ਹੋਏ ਆ ਤਾਂ ਫਿਰ ਮਨ੍ਹਾ ਕਰ ਦਿੰਦੇ ਆ ਮਿਲਣ ਤੋਂ ਕਈ। ਹਾਂਜੀ, ਦੇਹ ਵਪਾਰ ਹੁਣ ਰਸਤਾ ਹੀ ਨਹੀਂ ਕੋਈ ਰਹਿ ਚੁੱਕਿਆ ਨਸ਼ਾ ਪੂਰਾ ਕਰਨ ਵਾਸਤੇ। ਕੀਤੀ ਬਹੁਤ ਵਾਰ ਮੈਂ ਰੈੱਡ ਕਰੋਸ ਵੀ ਦਾਖਲ ਹੋ ਕੇ ਆਈ ਹੋਈ ਹਾਂ, ਇੱਥੋਂ ਓਟੀ ਤੋਂ ਵੀ ਦਵਾਈ ਖਾ ਕੇ ਦੇਖ ਚੁੱਕੀ ਹਾਂ, ਪਰ ਜਦੋਂ ਫਿਰ ਉਸ ਤਰ੍ਹਾਂ ਦੀ ਸੁਸਾਇਟੀ ਮਿਲ ਜਾਂਦੀ ਹੈ ਵੀ ਚਲਾ ਕੋਈ ਨਹੀਂ ਕੰਮ ਕਰੀਏ ਇਸ ਤਰ੍ਹਾਂ, ਫਿਰ ਦਿਲ ਕਰ ਪੈਂਦਾ ਚਲੋ ਕੋਈ ਨਹੀਂ ਕਰ ਲੈਂਦੇ ਹਾਂ, ਇੱਕ ਵਾਰੀ ਕਰ ਲੈਂਦੇ। ਜਦੋਂ ਇੱਕ ਵਾਰੀ ਕਰਨ ਲੱਗ ਪਓ ਫਿਰ ਦੁਬਾਰਾ ਮਤਲਬ ਇਹ ਪੱਕਾ ਲੱਗ ਜਾਂਦਾ। ਅਜਿਹਾ ਹੀ ਮਹਿਸੂਸ ਹੁੰਦਾ ਵੀ ਹੁਣ ਕੋਈ ਰਹਿ ਹੀ ਨਹੀਂ ਗਿਆ, ਜ਼ਿੰਦਗੀ ਦਾ ਜੀਣ ਦਾ ਮਕਸਦ ਹੀ ਨਹੀਂ ਕੁਛ ਰਹਿ ਚੁੱਕਿਆ ਹੈਗਾ। ਜਿਹੜੇ ਨਸ਼ਾ ਕਰ ਰਹੇ ਨੇ, ਮੈਂ ਤਾਂ ਕਹਿੰਦੀ ਜਿਹੜੇ ਹਜੇ ਸ਼ੌਂਕੀਆ ਤੌਰ 'ਤੇ ਕਰਦੇ ਪਏ ਨੇ ਉਹ ਬਿਲਕੁਲ ਹੀ ਦੂਰ ਹੋ ਜਾਣ, ਕਿਉਂਕਿ ਮੇਰੀ ਲਾਈਫ ਤਾਂ ਬਿਲਕੁਲ ਬਰਬਾਦ ਹੋ ਚੁੱਕੀ ਹੈ। ਅੱਜ ਕੱਲ੍ਹ ਦੇਖਦੇ ਕੋਈ ਖੇਤਾਂ 'ਚ ਟੀਕਾ ਲਾ ਕੇ ਮਰਿਆ ਹੁੰਦਾ, ਕੋਈ ਕਿਤੇ ਮਰਿਆ ਹੁੰਦਾ, ਆਪਣੀ ਜ਼ਿੰਦਗੀ ਨਾ ਖਰਾਬ ਕਰਨ। ਇੱਕ ਸਭ ਤੋਂ ਵੱਡਾ ਪਰਿਵਾਰ ਨੂੰ ਕਹਿਣਾ ਚਾਹਾਂਗੀ, ਜੇ ਕੋਈ ਤੁਹਾਡਾ ਬੱਚਾ ਨਸ਼ੇ 'ਚ ਲੱਗਾ ਹੋਇਆ ਵਾ, ਸਭ ਤੋਂ ਸਾਥ ਵੱਡਾ ਹੁੰਦਾ ਪਰਿਵਾਰ ਦਾ, ਜੇ ਪਰਿਵਾਰ ਨਾਲ ਹੋਏ ਤਾਂ ਬੱਚਾ ਕਦੇ ਨਹੀਂ ਨਸ਼ਾ ਕਰੇਗਾ, ਪਰਿਵਾਰ ਸਾਥ ਦੇਗਾ ਅਤੇ ਬੱਚੇ ਆਪਣੇ ਨੂੰ ਲੈ ਕੇ ਜਾਏਗਾ ਨਸ਼ਾ ਕੇਂਦਰ 'ਚ ਜਿਸ ਦਾਖਲ।
ਭਵਿੱਖ ਹੁਣ ਮੇਰਾ ਕੋਈ ਰਹਿ ਹੀ ਨਹੀਂ ਚੁੱਕਿਆ, ਬਸ ਭਵਿੱਖ ਮੇਰਾ ਖਤਮ ਹੋ ਚੁੱਕਿਆ। ਆਸ ਕੁਛ ਵੀ ਨਹੀਂ ਹੁਣ ਰਹਿ ਗਈ ਸੀ, ਆਸ ਤੇ ਬਸ ਮੌਤ ਮੰਗਦੀ ਆ ਮੈਂ ਆਪਣੇ ਮੂੰਹੋਂ।